ਕਿਸਾਨ ਦੋਸਤੋ ਜਿਵੇਂ ਕਿ ਤੁਹਾਡੇ ਤੱਕ ਜਾਣਕਾਰੀ ਪਹੁੰਚ ਚੁੱਕੀ ਹੈ ਕਿ 2000 ਦਾ ਨੋਟ ਬੰਦ ਹੋਣ ਜਾ ਰਿਹਾ ਹੈ ਠੀਕ ਹੈ ਬੰਦ ਹੋਇਆ ਨਹੀਂ ਹੋਣ ਜਾ ਰਿਹਾ ਹੈ ਪਹਿਲੀ ਨੋਟਬੰਦੀ ਤੇ ਇਹਦੇ ਵਿੱਚ ਕਾਫੀ ਫਰਕ ਹੈ ਤਾਂ ਜਿਸ ਸਮੇ ਇਹ ਹੁਣ ਗੱਲ ਚੱਲੀ ਹੈ ਤਾਂ ਇਸ ਸਮੇ ਕਈ ਸਾਰੀਆਂ ਫਾਵਾਂ ਵੀ ਉੱਡਣੀਆਂ ਬਹੁਤ ਚੀਜ਼ਾਂ ਵਧਾ ਚੜਾ ਕੇ ਕਈਆਂ ਜਾਣੀਆਂ ਕਬਰਾਉਣਾ ਨਹੀਂ ਹੈਗਾ ਜੇ ਤੁਹਾਡੇ ਘਰੇ ਕੋਈ ਨੋਟ ਪਿਆ ਉਹ ਬਦਲਦਾ ਤੁਹਾਨੂੰ ਬਹੁਤ ਵੱਡਾ ਮੌਕਾ ਦਿੱਤਾ ਸਰਕਾਰ ਨੇ ਨੋਟ ਬੰਦ ਨਹੀਂ ਹੋਇਆ ਇਹ ਧਿਆਨ ਰੱਖਿਓ ਜੋ ਜਿਵੇਂ ਪਹਿਲਾਂ 1000 ਤੇ 500 ਦਾ ਨੋਟ ਬੰਦ ਹੋ ਗਿਆ ਸੀ ਉਹ ਚੀਜ਼ ਨਹੀਂ ਹੋਈ ਨੋਟ ਚੱਲ ਰਿਹਾ ਹੈ ਤਾਂ ਭਾਰਤੀ ਰਿਜ਼ਰਵ ਬੈਂਕ ਦੀ ਇਹ ਜੋ ਵੈਬਸਾਈਟ ਹੈ ਜੋ ਇਹਨਾਂ ਨੇ 19 ਮਈ ਨੂੰ ਇਸ ਸੰਬੰਧੀ ਜਾਣਕਾਰੀ ਪਬਲਿਕ ਪੋਰਟਲ ਦੇ ਉੱਪਰ ਜਾਰੀ ਕੀਤੀ ਹੈ ਉਹ ਤੁਹਾਡੇ ਨਾਲ ਮੈਂ ਸਾਂਝਾ ਕਰਨ ਲੱਗਿਆ ਏਸ ਚੀਜ਼ ਦਾ ਵਿਸ਼ਵਾਸ ਰੱਖਿਓ ਕਿ ਤੁਹਾਡਾ ਆਪਣਾ ਚੈਨਲ ਮੇਰੀ ਖੇਤੀ ਮੇਰਾ ਕਿਸਾਨ ਜਾਂ ਫੇਸਬੁੱਕ ਪੇਜ ਮੇਰਾ ਪੰਜਾਬ ਮੇਰਾ ਕਿਸਾਨ ਬਿਲਕੁਲ ਐਕਿਊਰੇਟ ਤੇ ਸਹੀ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਏਗਾ ਤੇ ਕਦੇ ਵੀ ਅਫਵਾਹ ਫਲਾਉਣ ਦੇ ਵਿੱਚ ਸਹੀ ਯਕੀਨ ਨਹੀਂ ਰੱਖਦੇ ਤਾਂ ਆਪਾਂ ਦੇਖਦੇ ਹਾਂ ਕਿ ਕੀ ਕਿਹਾ ਰਿਜ਼ਰਵ ਬੈਂਕ ਨੇ ਪਹਿਲੀ ਗੱਲ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਕਿਸੇ ਕਿਸਮ ਦੀਆਂ ਅਫਵਾਹਾਂ ਤੋਂ ਬਚ ਕੇ ਰਹੋ 2000 ਦਾ ਨੋਟ ਹਜੇ ਬੰਦ ਨਹੀਂ ਹੋਇਆ ਇਹ ਚੱਲ ਰਿਹਾ ਹੈ ਠੀਕ ਹੈ ਹੁਣ ਇਹਨਾਂ ਨੇ ਕਿਹਾ ਹੈ ਕਿ ਭਾਈ ਨੋਟ ਤਾਂ ਹਜੇ ਚੱਲਦੇ ਰਹਿਣਗੇ ਪਰੰਤੂ ਇਹ ਨੋਟ 30 ਸਤੰਬਰ 2023 ਤੋਂ ਬਾਅਦ ਨਹੀਂ ਵਰਤੇ ਜਾ ਸਕਦੇ 30 ਸਤੰਬਰ 2023 ਅੱਜ ਹਜੇ 19 ਮਈ ਹੈ ਠੀਕ ਹੈ 30 ਸਤੰਬਰ 2023 ਤੱਕ ਬਹੁਤ ਟਾਈਮ ਪਿਆ ਤਾਂ ਫੇਰ ਜ ਆਪਣੇ ਘਰ ਦੇ ਵਿੱਚ ਕਿਤੇ ਵੀ ਨੋਟ ਪਏ ਹੈ ਉਹਨੂੰ ਦੇਖੋ ਦੇਖ ਕੇ ਉਹਨਾਂ ਨੂੰ ਕੱਢੋ ਕਿ ਬੀਬੀਆਂ ਨੇ ਛਪਾ ਕੇ ਰੱਖੇ ਹੈ ਕਿਤੇ ਬੱਚਿਆਂ ਨੇ ਛਪਾ ਕੇ ਰੱਖੇ ਹੈ ਜਾਂ ਆਪਾਂ ਕਿਤੇ ਰੱਖੇ ਹੈ ਤਾਂ ਉਹ ਸਾਰੇ ਨੋਟਾਂ ਨੂੰ ਹੌਲੀ-ਹੌਲੀ ਆਪਦਾ ਚੇਂਜ ਕਰਾ ਲਓ ਬੈਂਕ ਨੇ ਕਿਹਾ ਹੈ ਕਿ ਇੱਕ ਬੰਦਾ ਬੈਂਕ ਦੇ ਵਿੱਚ ਜਾ ਕੇ ਜਿੰਨੇ ਮਰਜ਼ੀ ਨੋਟ ਆਪਦੇ ਖਾਤੇ ਜਮਾ ਕਰਾ ਸਕਦਾ ਕੋਈ ਵੀ ਲਿਮਟ ਨਹੀਂ ਹੈਗੀ ਤੁਹਾਡਾ ਬੈਂਕ ਚ ਖਾਤਾ ਹੋਵੇ ਉਸ ਖਾਤੇ ਜਿੰਨੇ ਮਰਜ਼ੀ ਨੋਟ ਜਮਾ ਕਰਾ ਦਿਓ ਕੋਈ ਸਰਕਾਰ ਦੀ ਰੋਕ ਟੋਕ ਨਹੀਂ ਹੈਗੀ ਉਹ ਵੱਖਰੀ ਗੱਲ ਹੈ ਕਿ ਜੇ ਇਹ ਖਾਤੇ ਛੱਦੋਂ ਬਾਅਦ ਪੈਸਾ ਜਮਾ ਹੁੰਦਾ ਤਾਂ ਕਾਨੂੰਨ ਆਪਣਾ ਦੇਖੇਗਾ ਕਿ ਉਹ ਜਮਾ ਕਰਾ ਸਕਦਾ ਸੀ ਕਿ ਨਹੀਂ ਕਰਾ ਸਕਦਾ ਸੀ ਹਾਂ ਜੇ ਤੁਸੀਂ ਚਾਹੋ ਨੇ ਕਿ ਨੋਟ ਬਦਲੇ ਜਾਣ 23 ਤਾ ਫਿਰ 23 ਮਈ 2023 ਤੋਂ ਲੈ ਕੇ 30 ਸਤੰਬਰ 2023 ਤੱਕ ਤੁਸੀਂ ਆਪਣੀ ਬੈਂਕ ਦੇ ਵਿੱਚੋਂ ਜਾ ਕੇ ਇਹ ਨੋਟ ਬਦਲ ਸਕਦੇ ਹੋ ਇੱਕ ਵਾਰੀ ਦੇ ਵਿੱਚ 20000 ਰੁਪਏ ਤੱਕ ਦੀ ਕੀਮਤ ਦੇ ਨੋਟ ਹੀ ਬਦਲੇ ਜਾਣਗੇ ਮੈਂ ਕਿ ਇੱਕ ਵਾਰੀ ਚ ਜੇ ਆਪਣੇ ਘਰੇ 10 ਨੋਟ ਪਏ ਆ 2000 ਦੇ ਤਾਂ 10 ਨੋਟਾਂ ਦਾ ਮਤਲਬ 20000 ਰੁਪਿਆ ਹੋ ਗਿਆ ਤਾਂ ਉਹ ਅਸੀਂ ਲਿਆ ਕੇ ਇੱਕ ਵਾਰੀ ਚ ਆਪਦੀ ਬੈਂਕ 'ਚ ਬਦਲਾ ਸਕਦੇ ਹਾਂ ਜੇ ਅਸੀਂ 12 ਨੋਟ ਬਦਲਾਉਣੇ ਆ ਜਾਂ ਅਸੀਂ 20 ਨੋਟ ਬਦਲਾਉਣੇ ਆ ਤਾਂ ਸਾਨੂੰ ਫਿਰ ਇੱਕ ਵਾਰੀ ਚ 20000 ਮੈਂ ਕਿ ਇੱਕ ਵਾਰੀ 10 ਨੋਟ ਬਦਲਣਗੇ ਬਾਕੀ ਦੂਜੀ ਵਾਰੀ ਬਦਲਾਉਣੇ ਪੈਣਗੇ ਕਲੀਅਰ ਹੋ ਗਿਆ ਤਾਂ ਇਹ ਨੋਟ ਚੱਲਦੇ ਰਹਿਣਗੇ ਪਰੰਤੂ ਅੱਜ ਤੋਂ ਹੀ ਬੈਂਕਾਂ ਨੂੰ ਰੋਕ ਦਿੱਤਾ ਗਿਆ ਕਿ ਕੋਈ ਵੀ ਬੈਂਕ ਕਿਸੇ ਵੀ ਵਿਅਕਤੀ ਨੂੰ 2000 ਰੁਪਏ ਦਾ ਨਵਾਂ ਨੋਟ ਜਾਂ ਪੁਰਾਣਾ ਨੋਟ ਕੋ ਇਸ਼ੂ ਨਹੀਂ ਕਰੇਗਾ ਤੁਸੀਂ ਬੈਂਕ 'ਚ ਪੈਸਾ ਕਢਾਉਣ ਜਾਓਗੇ ਤਾਂ ਬੈਂਕ ਤੁਹਾਨੂੰ 2000 ਦਾ ਨੋਟ ਜਾਰੀ ਨਹੀਂ ਕਰੇਗਾ ਤੇ ਤੁਸੀਂ ਇਹ ਜਿਹੜੇ ਨੋਟ ਹੈਗੇ ਐ ਇਹ ਨੋਟ ਆਰਬੀਆਈ ਦੇ ਜਿਹੜੇ origignal office ਹੈ ਉਹਨਾਂ 'ਚ ਜਾ ਕੇ ਵੀ ਚੇਂਜ ਕਰਵਾ ਸਕਦੇ ਹੋ ਤਹਾਡੇ ਨੇੜੇ ਜਿੰਨੀਆਂ ਵੀ ਬੈਂਕਾਂ ਉੱਥੋਂ ਚੇਂਜ ਕਰਵਾ ਸਕਦੇ ਹੋ ਮੈਂ ਫੇਰ ਕਹਿਣਾ ਹੈ ਕਿ ਆਰਬੀਆਈ ਦੇ ਅਨੁਸਾਰ ਇਹ ਪ੍ਰੈਸ ਰਿਲੀਜ਼ ਹੈ ਜਿਹੜਾ 2000 ਰੁਪਏ ਦਾ ਨੋਟ ਹੈ ਇਹ 30 ਸਤੰਬਰ 2023 ਤੱਕ ਲੈਣ ਦੇਣ ਦੇ ਵਿੱਚ ਰਹੇਗਾ ਉਨੀ ਦੇਰ ਤੱਕ ਤੁਸੀਂ ਆਪਣੇ ਬੈਂਕ ਖਾਤੇ ਦੇ ਵਿੱਚ ਜਾ ਕੇ ਜਿੰਨੇ ਮਰਜ਼ੀ ਨੋਟ ਜਮ੍ਹਾਂ ਕਰਾ ਲਓ ਕੋਈ ਰੋਕ ਟੋਕ ਨਹੀਂ ਹੈਗੀ ਜੇਕਰ ਤੁਸੀਂ ਨੋਟ ਬਦਲਾਉਣਾ ਹੈ ਤਾਂ ਇੱਕ ਵਾਰੀ ਦੇ ਵਿੱਚ ਤੁਸੀਂ 10 ਨੋਟ ਚੇਂਜ ਕਰਵਾ ਸਕਦੇ ਹੋ ਇਸ ਤੋਂ ਵਾਧਾ ਕਰਵਾਉਣੇ ਹੈ ਤਾਂ ਤੁਹਾਨੂੰ ਦੂਸਰੀ ਵਾਰੀ ਫੇਰ ਬੈਂਕ ਜਾ ਕੇ ਚੇਂਜ ਕਰਾਉਣੇ ਪੈਣਗੇ ਇਹ ਤਾਂ ਕੀਤਾ ਗਿਆ ਹੈ ਤਾਂ ਕਿ ਇੱਕੋ ਵਾਰੀ ਜਾ ਕੇ ਕੋਈ ਬੈਂਕ ਦੇ ਕੰਮਕਾਰ ਦੇ ਵਿੱਚ ਰੁਕਾਵਟ ਨਾ ਪਵੇ ਇਸ ਦੇ ਨਾਲ ਨਾਲ ਕੋਈ ਵੀ ਬੈਂਕ ਨਵਾਂ 2000 ਦਾ ਨੋਟ ਤੁਹਾਨੂੰ ਜਾਰੀ ਨਹੀਂ ਕਰੇਗਾ ਵੱਡੀ ਗੱਲ ਇਹ ਹੈਗੀ ਹੈ ਕਿ ਆਰਬੀਆਈ ਨੇ ਦੇਖਿਆ ਹੈ ਕਿ ਇਹ ਜਿਹੜੇ 2000 ਵਾਲੇ ਨੋਟ ਹੈ ਇਹਨਾਂ ਨੂੰ ਆਮ ਲੋਕ ਯੂਜ਼ ਨਹੀਂ ਕਰੇ ਆਮ ਲੋਕ ਇਹਨੂੰ ਆਮ ट्रांजैक्शन ਦੇ ਵਿੱਚ ਨਹੀਂ ਵਰਤਿਆ ਜਾ ਰਿਹਾ ਠੀਕ ਹੈ ਇਸ ਕਰਕੇ ਆਮ ਜਨਤਾ ਦੇ ਉੱਤੇ ਇਹਦਾ ਕੋਈ ਵੀ ਫਰਕ ਨਹੀਂ ਪਏਗਾ ਤੇ 2000 ਦਾ ਨੋਟ ਫਿਰ ਕੰਨਾ ਬੰਦ ਨਹੀਂ ਹੋਇਆ 30 ਸਤੰਬਰ 2023 ਤੱਕ ਇਹ ਚੱਲਦਾ ਰਹੇਗਾ ਉਨੀ ਦੇਰ ਤੱਕ ਤੁਸੀਂ ਇਸ ਨੋਟ ਨੂੰ ਬਦਲਾ ਸਕਦੇ ਹੋ ਆਪਦੇ ਖਾਤੇ ਜਮ੍ਹਾਂ ਕਰਾ ਸਕਦੇ ਹੋ ਉਸ ਤੋਂ ਬਾਅਦ ਇਹ ਨੋਟ ਜਿਹੜਾ ਹੈਗਾ ਮਿੱਟੀ ਹੋ ਜਾਏਗਾ ਜਿਵੇਂ ਪੁਰਾਣੇ 500 ਤੇ 1000 ਦੇ ਨੋਟ ਮਿੱਟੀ ਹੋ ਗਏ ਐ ਇਸ ਕਰਕੇ ਇੱਕ ਲੰਮਾ ਟਾਈਮ ਹੈ ਉਸ ਟਾਈਮ ਦੇ ਵਿੱਚ ਤੁਸੀਂ ਇਹਨਾਂ ਵਰਤ ਸਕਦੇ ਹੋ ਬਾਕੀ ਇਹਦੇ ਬਾਰੇ ਜੋ ਗਾਈਡਲਾਈਨ ਹੈਗੀਆਂ ਐ ਉਹ ਕਿਹੜੀਆਂ ਕਿਹੜੀਆਂ ਗਾਈਡਲਾਈਨ ਹੈਗੀਆਂ ਕਿ ਜਿਹੜੇ ਬਾਹਰ ਦੇ ਲੋਕ ਹੈ ਉਹਨਾਂ ਕੋਲੇ 2000 ਦੇ ਨੋਟ ਹੋ ਕੀ ਕਰਨਗੇ ਇਹ ਇਹ ਜਿਹੜੇ ਹੈਗੇ ਬੈਂਕ ਦੇ ਵਿੱਚ ਜਿਹੜੇ ਜਮਾ ਕਰਵਾਰੇ ਪੈਸੇ ਉਹਦਾ ਕੀ ਹਿਸਾਬ ਕਿਤਾਬ ਹੈ ਤੇ ਕਿੱਥੇ ਕਿੱਥੇ ਕੀ ਕਰਨਾ ਜਾਂ ਫ੍ਰੀਕੁਐਂਟਰੀ ਆਸਕ ਤੁਹਾਡੇ ਕੁਐਸਚਨ ਹੈ ਇਨ੍ਹਾਂ ਸਾਰਿਆਂ ਦੇ ਉੱਪਰ ਜੇ ਜ਼ਰੂਰਤ ਹੋਏਗੀ ਤਾਂ ਅਲੱਗ ਤੋਂ ਵੀਡੀਓ ਬਣਾ ਕੇ ਜੋ-ਜੋ ਤੁਹਾਡੀਆਂ ਪ੍ਰੋਬਲਮ ਹੋਣੀਆਂ ਉਹ ਤੁਹਾਨੂੰ ਦੱਸ ਦਿੱਤੀਆਂ ਜਾਣੀਆਂ ਤੇ ਇਹਦੇ ਬਾਰੇ ਜਿਹੜਾ ਹੈਗਾ ਮੇਰੇ ਖਿਆਲ ਚ ਕਲੀਅਰ ਹੈ ਘਬਰਾਓ ਨਹੀਂ ਇਹ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੋਈ ਇਹ ਜਿਹੜਾ ਹੈਗਾ ਆਰਾਮ ਦੇ ਨਾਲ ਪ੍ਰੋਸੈਸ ਖਤਮ ਹੋ ਜਾਏਗਾ ਉਮੀਦ ਕਰਦਾ ਜਾਣ ਕੇ ਲਾਈਵ ਸਰਪਤ ਹੋਈ ਜੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ